ਤੇ ਤੁੱਬਾ ਬਾਦਸ਼ਾਹ ਉਹ ਪਹਿਲਾ ਬਾਦਸ਼ਾਹ ਏ ਜਿਸਨੇ ਅੱਲਾਹ ਦੇ ਘਰ ਕਾਬਤੁੱਲਾ ਦਾ ਖਿਲਾਫ ਵੀ ਬਣਾਇਆ ਏ, ਅੱਲਾਹ ਦੇ ਘਰ ਕਾਬਤੁੱਲਾ ਦਾ ਦਰਵਾਜ਼ਾ ਵੀ ਬਣਾਇਆ ਏ। ਇੱਧਰ ਜੁਨਾਬੇ ਵਾਲਾ ਚਾਬੀਆਂ ਵਾਲੇ ਕਰਕੇ ਤੁੱਬਾ ਬਾਦਸ਼ਾਹ ਚਲਦਿਆਂ ਚਲਦਿਆਂ, ਜਦੋਂ ਚਲਦਿਆਂ ਚਲਦਿਆਂ ਉਹ ਜ਼ਮੀਨ ਆ ਗਈ, ਉਹ ਪਿਆਰਾ ਖਿੱਤਾ ਆ ਗਿਆ ਏ, ਉਹ ਮੁਕੱਦਸ ਜ਼ਮੀਨ ਆ ਗਈ ਏ ਜਿਹਨੂੰ ਖਾਲਿਕ-ਏ ਕਾਇਨਾਤ ਮਾਲਿਕ-ਏ ਕਾਇਨਾਤ ਦੇ ਮਹਿਬੂਬ ਨੇ ਆਪਣਾ ਜੁਨਾਬੇ ਵਾਲਾ ਮਸਕਨ ਬਣਾਇਆ ਏ। ਮਦੀਨਾ ਸ਼ਰੀਫ ਆ ਗਿਆ ਏ, ਤੁੱਬਾ ਬਾਦਸ਼ਾਹ ਨੇ ਉਸ ਮਦੀਨਾ ਵਾਲੀ ਜ਼ਮੀਨ ਤੇ ਕਿਆਮ ਫਰਮਾਇਆ ਏ। ਜਦੋਂ ਜਾਣ ਦਾ ਇਰਾਦਾ ਕੀਤਾ ਏ, ਬੜੀ ਤਵੱਜੋ ਜਨਾਬ, ਜਦੋਂ ਜਾਣ ਦਾ ਇਰਾਦਾ ਕੀਤਾ ਏ ਚੱਲਣ ਲੱਗਿਆ ਏ, ਉਲਮਾ ਨੇ ਕਿਹਾ ਬਾਦਸ਼ਾਹ ਜੀ ਅਸਾਂ ਤੇ ਇੱਥੇ ਹੀ ਰਵਾਂਗੇ। ਬਾਦਸ਼ਾਹ ਨੇ ਕਿਹਾ ਇੱਥੇ ਜੰਗਲ ਏ, ਮੌਲਵੀ ਜੀ ਤੁਸਾਂ ਤੇ ਉੱਥੇ ਰਹਿੰਦੇ ਹੋ ਜਿੱਥੇ ਖਾਣਾ ਚੰਗਾ ਹੋਵੇ, ਜਿੱਥੇ ਪੀਣਾ ਚੰਗਾ ਹੋਵੇ, ਉਹ ਜਿੱਥੇ ਕੋਈ ਅੱਛੀ ਖੁਰਾਕ ਹੋਵੇ ਤੁਸਾਂ ਤੇ ਉੱਥੇ ਰਹਿੰਦੇ ਹੋ, ਇੱਥੇ ਜੰਗਲ ਏ। ਉਹਨਾਂ ਉਲਮਾ ਨੇ ਕਿਹਾ ਬਾਦਸ਼ਾਹ ਜੀ ਅੱਜ ਤੈਨੂੰ ਜੰਗਲ ਨਜ਼ਰ ਆ ਰਿਹਾ, ਇੱਕ ਵਕਤ ਆਵੇਗਾ ਇਹ ਜੰਗਲ ਨਹੀਂ ਮੰਗਲ ਬਣ ਜਾਏਗਾ, ਇਹ ਆਸ਼ਕਾਂ ਦਾ ਸ਼ਹਿਰ ਮਦੀਨਾ ਬਣ ਜਾਏਗਾ, ਨਬੀ ਆਖਰ ਉਸ ਜਮਾਂ ਇਸ ਜੁਨਾਬੇ ਵਾਲਾ ਮਦੀਨਾ ਦੇ ਅੰਦਰ ਤਸ਼ਰੀਫ ਲੈ ਕੇ ਆਣਗੇ। ਤੁੱਬਾ ਬਾਦਸ਼ਾਹ ਨੇ ਕਿਹਾ ਨਬੀ ਦੀਆਂ ਸ਼ਾਨਾਂ ਕਿਹੜੀਆਂ ਨੇ? ਉਲਮਾ ਯਹੂਦ ਨੇ, ਜਿਹੜਾ ਸਾਰੇ ਤੋਂ ਵੱਡਾ ਉਲਮਾ ਯਹੂਦ ਸ਼ਾਮੂਲ ਉਲਮਾ ਦਾ ਸਰਦਾਰ ਸੀ, ਉਸਨੇ ਕਿਹਾ ਉਸ ਨਬੀ ਦੀਆਂ ਸ਼ਾਨਾਂ ਇਹ ਹੋਣਗੀਆਂ, ਉਹ ਮੱਕੇ ਵਿੱਚ ਚਲੇਗਾ ਰੱਬ ਕੁਰਾਨ ਨਾਜ਼ਿਲ ਫਰਮਾਏਗਾ, ਉਹ ਮਦੀਨੇ ਵਿੱਚ ਰਵੇਗਾ ਰੱਬ ਕੁਰਾਨ ਨਾਜ਼ਿਲ ਫਰਮਾਏਗਾ, ਅੱਲਾ ਉਹਦੇ ਸਹਾਬਾ ਦੀ ਸ਼ਾਨ ਨੂੰ ਬਿਆਨ ਕਰੇਗਾ, ਅੱਲਾ ਉਹਦੇ ਘਰ ਵਾਲਿਆਂ ਦੀ ਸ਼ਾਨ ਨੂੰ ਬਿਆਨ ਕਰੇਗਾ, ਅੱਲਾ ਉਹਦੇ ਦਰ ਵਾਲਿਆਂ ਦੀ ਸ਼ਾਨ ਨੂੰ ਬਿਆਨ ਕਰੇਗਾ। ਆ ਦੋਸਤਾਂ ਨੇ ਮੋਹਤਰਮ, ਬੜੀ ਤਵੱਜੋ ਚਾਹਾਂਗਾ, ਜਦੋਂ ਮੇਰੇ ਨਬੀ ਦੀਆਂ ਸ਼ਾਨਾਂ ਤੁੱਬਾ ਬਾਦਸ਼ਾਹ ਨੇ ਸੁਣੀਆਂ ਨੇ, ਫਿਰ ਤੁੱਬਾ ਬਾਦਸ਼ਾਹ ਨੇ ਕਿਹਾ ਫਿਰ ਕੀ ਕਹਿਣਾ ਚਾਹੁੰਦੇ ਹੋ? ਉਲਮਾ ਨੇ ਕਿਹਾ ਤੁੱਬਾ ਬਾਦਸ਼ਾਹ ਹੁਣ ਤੂੰ ਜਾਣਾ ਚਾਹਨਾ ਇੱਥੇ ਚਲਾ ਜਾ, ਅਸੀਂ ਇੱਥੋਂ ਨਹੀਂ ਜਾਵਾਂਗੇ। ਆ ਦੋਸਤਾਂ ਨੇ ਮੋਹਤਰਮ, ਬੜੀ ਤਵੱਜੋ ਚਾਹਾਂਗਾ, ਜਦੋਂ ਤੁੱਬਾ ਬਾਦਸ਼ਾਹ ਨੇ ਕਿਹਾ ਮੌਲਵੀ ਜੀ ਫਿਰ ਸੋਚ ਲਵੋ, ਉਲਮਾ ਨੇ ਕਿਹਾ ਜੀ ਅਸਾਂ ਨੇ ਸੋਚ ਲਿਆ ਏ, ਅਸਾਂ ਨੇ ਰਸੂਲੁੱਲਾ ਦੇ ਇੰਤਜ਼ਾਰ ਕਰਨਾ ਏ, ਇੱਥੇ ਕਮਲੀ ਵਾਲੇ ਮੁਸਤਫਾ ਆਣਗੇ। ਫਿਰ ਤੁੱਬਾ ਬਾਦਸ਼ਾਹ ਨੇ ਹੁਕਮ ਦਿੱਤਾ ਏ, ਉਹ 400 ਉਲਮਾ ਇਕਰਾਮ ਦੇ ਵਾਸਤੇ ਜੁਨਾਬੇ ਵਾਲਾ ਕਾਲੂਨੀ ਬਣਾ ਦਿੱਤੀ ਗਈ ਏ, ਉਲਮਾ ਦੇ ਘਰ ਬਣ ਗਏ ਨੇ। ਜਦੋਂ ਘਰ ਤਿਆਰ ਹੋ ਗਏ ਤੇ ਤੁੱਬਾ ਬਾਦਸ਼ਾਹ ਦੇ ਦਿਲ ਦੇ ਅੰਦਰ ਖਿਆਲ ਪੈਦਾ ਹੋਇਆ, ਇੱਕ ਘਰ ਹੋਰ ਬਣਾਓ, ਇੱਕ ਘਰ ਹੋਰ ਬਣਾਓ। ਤੇ ਲੋਕਾਂ ਦੇ ਦਿਲ ਦੇ ਅੰਦਰ ਖਿਆਲ ਪੈਦਾ ਹੋਇਆ ਕਿਧਰੇ ਤੁੱਬਾ ਬਾਦਸ਼ਾਹ ਵੀ ਇੱਥੇ ਰਹੇਗਾ। ਤੇ ਤੁੱਬਾ ਬਾਦਸ਼ਾਹ ਨੇ ਕਿਹਾ ਜਨਾਬ ਸਿੰਗਲ ਸਟੋਰੀ ਨਹੀਂ ਡਬਲ ਸਟੋਰੀ ਮਕਾਨ ਤਾਮੀਰ ਕੀਤਾ ਜਾਏ। ਉਹ ਜਦੋਂ ਡਬਲ ਸਟੋਰੀ ਮਕਾਨ ਬਣ ਗਿਆ ਏ ਤੇ ਤੁੱਬਾ ਬਾਦਸ਼ਾਹ ਨੇ ਜਨਾਬੇ ਵਾਲਾ ਦੂਸਰਾ ਕੰਮ ਕਿਹੜਾ ਕੀਤਾ ਏ? ਉਸ ਤੁੱਬਾ ਬਾਦਸ਼ਾਹ ਨੇ ਉਲਮਾ ਯਹੂਦ ਦੇ ਬੜੇ ਆਲਿਮ ਨੂੰ ਬੁਲਾਇਆ ਏ, ਐ ਮੌਲਵੀ ਜੀ ਚਾਬੀ ਲੈ ਲਵੋ, ਇਹ ਚਾਬੀ ਲੈ ਲਵੋ। ਸ਼ਾਮੂਲ ਆਲਿਮ ਨੇ ਪੁੱਛਿਆ ਤੁੱਬਾ ਬਾਦਸ਼ਾਹ ਜੀ ਮਕਾਨ ਕਿਹਦੇ ਵਾਸਤੇ ਬਣਾਇਆ ਜੇ? ਤੇ ਤੁੱਬਾ ਬਾਦਸ਼ਾਹ ਨੇ ਕਿਹਾ ਇਹ ਮਕਾਨ ਮੈਂ ਰਸੂਲੁੱਲਾ ਵਾਸਤੇ ਬਣਾਇਆ। ਹਾਏ ਹਾਏ ਹਾਏ, ਹਲਾ ਮੇਰੇ ਕਮਲੀ ਵਾਲੇ ਮੁਸਤਫਾ ਤਸ਼ਰੀਫ ਲੈ ਕੇ ਨਹੀਂ ਆਏ, ਹਲਾ ਪਿਆਰੇ ਮੁਸਤਫਾ ਅਲੈ ਸਲਾਤ ਵਸਲਾਮ ਦੁਨੀਆ ਤੇ ਤਸ਼ਰੀਫ ਲੈ ਕੇ ਨਹੀਂ ਆਏ, 1000 ਸਾਲ ਪਹਿਲੇ ਮੇਰੇ ਨਬੀ ਦੀ ਆਮਦ ਤੋਂ ਪਹਿਲੇ ਤੁੱਬਾ ਬਾਦਸ਼ਾਹ ਨੇ ਮਦੀਨਾ ਸ਼ਰੀਫ ਦੇ ਅੰਦਰ ਮੇਰੇ ਨਬੀ ਦੇ ਨਾਂ ਦਾ ਇੱਕ ਘਰ ਬਣਾਇਆ, ਸਿੰਗਲ ਸਟੋਰੀ ਨਹੀਂ ਡਬਲ ਸਟੋਰੀ ਮੇਰੇ ਨਬੀ ਦਾ ਮਕਾਨ ਬਣਾਇਆ ਏ। ਆ ਦੋਸਤਾਂ ਨੇ ਮੋਹਤਰਮ, ਬੜੀ ਤਵੱਜੋ ਚਾਹਾਂਗਾ, ਜਦੋਂ ਤੁੱਬਾ ਬਾਦਸ਼ਾਹ ਮਕਾਨ ਬਣਾ ਚੁੱਕਿਆ, ਚਾਬੀਆਂ ਹਵਾਲੇ ਕੀਤੀਆਂ ਨੇ, ਤੇ ਚਾਬੀਆਂ ਹਵਾਲੇ ਕਰਨ ਤੋਂ ਬਾਅਦ ਫਿਰ ਉਲਮਾ ਦੇ ਕੋਲ ਪੁੱਛਦਾ ਏ, ਜੀ ਸੋਚ ਲਵੋ ਰਹਿਣਾ ਜੇ ਜਾਂ ਜਾਣਾ ਜੇ? ਆਲਿਮ ਸਾਹਿਬ ਨੇ ਕਿਹਾ ਜੀ ਇੱਕ ਵਾਰੀ ਜੇ ਦੱਸਿਆ ਅਸਾਂ ਇੱਥੇ ਹੀ ਰਹਿਣਾ ਏ, ਹੁਣ ਤੇਰੇ ਨਾਲ ਨਹੀਂ ਜਾਵਾਂਗੇ। ਆ ਦੋਸਤਾਂ ਨੇ ਮੋਹਤਰਮ, ਫਿਰ ਤੁੱਬਾ ਬਾਦਸ਼ਾਹ ਨੇ ਕਿਹਾ ਮੈਂ ਖਤ ਲਿਖਣਾ ਚਾਹੁੰਦਾ ਵਾਂ। ਤੁੱਬਾ ਬਾਦਸ਼ਾਹ ਨੇ ਨਬੀ ਕਰੀਮ ਸਰਕਾਰ ਦੋ ਆਲਮ ਦੀ ਬਾਰਗਾਹ ਦੇ ਅੰਦਰ ਖਤ ਲਿਖਿਆ ਏ, ਯਾ ਰਸੂਲ ਅੱਲਾ ਯਾ ਹਬੀਬ ਅੱਲਾ, ਐ ਕਮਲੀ ਵਾਲੇ ਮਹਬੂਬ, ਮੈਂ ਤੁਹਾਨੂੰ ਵੇਖਿਆ ਤੇ ਨਹੀਂ, ਮੈਂ ਤੁਹਾਨੂੰ ਵੇਖਿਆ ਤੇ ਨਹੀਂ, ਤੁਹਾਡੀ ਕੁਰਬਤ ਹਾਸਿਲ ਨਹੀਂ ਕੀਤੀ ਏ, ਪਤਾ ਨਹੀਂ ਤੁਸੀਂ ਕਦੋਂ ਆਵੋਗੇ, ਪਰ ਮੈਂ ਕਹਿ ਰਿਹਾ ਐ ਮੁਹੰਮਦ ਮੁਸਤਫਾ ਮੈਂ ਤੁਹਾਡੀ ਨਬੂਵਤ ਤੇ ਈਮਾਨ ਲੈ ਕੇ ਆਇਆ, ਔਰ ਯਾ ਰਸੂਲ ਅੱਲਾ ਫਸ਼ਫਾ ਅਲੀ, ਕਿਆਮਤ ਵਾਲੇ ਦਿਨ ਇਸ ਤੁੱਬਾ ਬਾਦਸ਼ਾਹ ਨੂੰ ਭੁੱਲਣਾ।
नहीं भुलना है या रसूल अल्लाह मैनू भुलियो नहीं। नबी करीम सरकार दो आलम की बारगाह के अंदर जदों जनाबे वाला तुब्बा बादशाह ने खत लिखिया वह खत शामूल के हवाले किया है, चाबी मकान की शामूल के हवाले की है। फिर वह वक्त भी आ गया, इधर उलमा भी इंतजार पे करते हैं, इधर तुब्बा बादशाह भी इंतजार पे करता है। तो कहने वाला कहता है चढ़ बेचना ते करे रो शन खाने ते होवण दूरे अंधेरे विच उड़ीका रावा तक दे ते शौक जिनानू तेरे। जनाबे वाला तुब्बा बादशाह ने नबी करीम सरकार दो आलम का इंतजार करदिया करदिया चाबियां हवाले करके टुरन लगे आए। जो चलिया गया उलमा भी उत्थे रुके, फिर वह वक्त आ गया। हज़रात मोहतरम मेरे को वक्त नहीं कि मैं ज्यादा तफसील के अंदर जावा, लेकिन मैं बयान करना चाहना वा कि तुब्बा बादशाह भी मेरे नबी का आशिक है। ओए अज दा मुसलमान एक कह रहा कि नबी नू दीवार दे पिछे दा इलम नहीं है। आ सुन जरा मैं तेनू दसदा चला जावा। तुब्बा बादशाह जदों जनाबे वाला चले आए, इधर वह वक्त भी आ गया। मेरे कमली वाले मुस्तफा मक्के तो हिजरत करके मदीना शरीफ के अंदर आए ने, छतां दे उत्ते औरतां चढ़ के मेरे नबी का इंतजार पिया कर दियां ने, मर्द मेरे नबी का इंतजार पे करदे ने, बच्चे मेरे नबी का इंतजार पे करदे ने, ते बच्चियां दफ लैके मेरे नबी दी आमद का इंतजार पिया कर दियां ने। गीत गा रही ने, नबी दे तराने पढ़ रही ने, नबी दियां नातां पढ़ रही ने। इधर कमली वाले मुस्तफा अलैहि सलातु वस्सलाम आए ने। बड़ी तवज्जो चाहवांगा जनाबे वाला, अमीरा ने अपने दरवाजे खोले ने, कबीरा ने अपने दरवाजे खोले ने, सारे वडेरिया ने अपने दरवाजे खोले के कमली वाले मुस्तफा साढ़े घर के अंदर तशरीफ लैके आए। पर मेरे नबी ने फरमाया सहाबा मेरी सवारी नू छोड़ देवो, ए मामूर मैं लाए, ए अल्लाह दी तरफो मामूर की गई है। किथे खाले के कायनात चावेगा मेरी सवारी उत्थे बैठेगी। ते सवारी चलदिया चलदिया अमीरा दे दरवाजे कोलो भी गुजार आई, कबीरा दे दरवाजे दे कोलो भी गुजार आई, वजारा दे दरवाजे दे कोलो भी गुजार आई। ओए बड़े बड़े लोग मेरे नबी दियां रावां तकदे ने, कमली वाले मुस्तफा दी सवारी गुजरदी आ रही है। हजरत मोहतरम बड़ी तवज्जो चाहवांगा, फिर वह मकान भी आ गया। इधर हजरत अबू अयूब अंसारी जिन्हा असल नाम खालिद बिन ज़ैद अपने घर के अंदर अपनी बीवी नाल बैठे हुए ने, ते अखां विचों अथरू रवा हो गए। बीवी ने कहा अबू अयूब अंसारी रोण की वजह की है। हजरत अबू अयूब अंसारी ने कहा मेरी रफीका हयात असी आप भी गरीब हां, साड़ी कुल्ली भी माड़ी है, वो किथे कमली वाला साडे घर के अंदर तशरीफ लैके आवेगा। इधर रो के अखियां विचों अथरू रवा करके हजरत अबू अयूब अंसारी भी पुकार उठे होणगे कदे आओ गरीबां दे मोहल्ले या रसूल अल्लाह कदिया। कदिया हो मोहल्ले या रसूल अल्लाह। आसिफ साहब मैं वेख रहा तुहाडे हाथ थले ने, आतिफ साहब मैं वेख रहा तुहाडे हाथ थले ने, नजीब साहब मैं वेख रहा तुहाडे हाथ थले ने। ओए बाबर सुल्तानी ते पढ़ रहा है, ते बाबर सुल्तानी दी आवाज नाल मिला के पढ़ लवो। कदिया हो गरीबां दे लाख दिया हो गरीबां दे मोहल्ले या रसूल लाख दिया हो गरीबां दे मोहल्ले या रसूल लाख गुनागारा मेरा तेरे ने मल्ले या रसूल अल्लाह गुनागारा ओए गुनागारा मेरा तेरे ने
میرے ملے یا رسول اللہ گناہگار تے دوسری جناب والا دعا کر رہے ہیں یا رسول اللہ اگر تسا آ جاؤ اسی کی کرانگے کہنے والا کہندا ہے تسی میرے بھی گھر آؤ میرے گھر روشنی ہووے تسی میرے بھی گھر آؤ میرے گھر روشنی ہووے وچھا دیوا میں دل اپنا جے آمد ہاں جی رسول اللہ جو دعائیں نے میرے نبی نے فرمایا سواری نو چھوڑ دے وہ سواری جناب والا آ کے بیٹھیے پھر اٹھ کے اگے گئیے دوبارہ میرے نبی دی سواری آ کے بڑی توجہ چاہوں گا دوستان محترم بابا سلطانی صاحب تواڈی بڑی محبت ہے اللہ تواڈی محبت نو قبول کرے اللہ تواڈے پیار نو قبول کرے او جڑا نبی دے ترانے گاندا ہے نبی دے عشق دے اندر جدیاں زباناں مل جاندیاں نے اللہ وحدہ لا شریک او نو دنیا دے اندر بھی عزت دیندا ہے اللہ وحدہ لا شریک انہاں دے جنابے والا رزق کے اندر برکت عطا فرماندا ہے بڑی توجہ چاہوں گا پھر میرے نبی دی سواری آ کے اس جگہ تے رکی ہے سامنے ابو ایوب انصاری دا گھر ہے میرے نبی دی سواری آ کے رکی ہے آ دوستان محترم بڑی توجہ چاہوں گا نبی کریم سرکار دو عالم دی سواری جدو آ کے رکی ہے تے حضرت ابو ایوب انصاری دے غلام حضرت ابو یالا دوڑ کے گئے میرے نبی دے سامان اتارے آئے جدو سامان اتار کے حضرت ابو یالا چلے نے میرے نبی نے ہاتھ پکڑیا فرمایا انت ابو یالا وے تو ابو یالا ہے حضرت ابو یالا نے کہا ہاں جی میرا نام ابو یالا ہے میرے نبی کریم علیہ الصلوۃ والسلام نے فرمایا یا رسول اللہ میں تانوں نہیں ویکھے آئے میں تانوں نہیں جاندا واں میرے نبی نے فرمایا ابو یالا وے تو تے مینوں نہیں جاندا اے میں محمد عربی ہائے ہائے تینوں جان دا ماں قصہ مختصر کردہ چلا جاواں دوستان محترم نبی کریم سرکار دو عالم حضرت ابو ایوب انصاری دے گھر دے اندر گئے کلی کچی دے اندر بیٹھ کے میرے نبی دا انتظار پہ کر دے نے تے حضرت ابو ایوب انصاری نے جدو میرے نبی نو ویکھیا پھر دل و جان نال فدا ہو گئے میرے نبی نے فرمایا ابو ایوب انصاری او خط مینو دے جڑا تبا بادشاہ نے میں محمد عربی دے نام لکھ آئے آ دوستان محترم بڑی توجہ چاہواں گا وہ جڑا نبی 1000 سال پہلے لکھے ہوئی خط نو جان سکدا ہے او نبی 1400 سال بعد مدینہ شریف دے اندر رہ کے وہ تیرے درود نو بھی سن سکدا ہے تیرے سلام نو بھی سن سکدا ہے